शब्द ही नहीं है बयान करन लई। वाहिगुरु जी का बहुत शुक्र आ, उन्होंने इन्नी वडियाई बख्शी सानू। इस वे उन्होंने पोस्टिंग हैगी बिदर कर्नाटका एज ए फ्लाइंग अफसर उत्थे काम कर रहे। फैमिली दे विच कोई शब्द नहीं है साडे को भी असीं उन्हूं समर्पित कर सकीए। उन्हें पिंड का भी जिले का ते पंजाब का ते भारत का नाम जिहड़ा वा रोशन किया। ਬੇਟਾ ਤੁਹਾਡਾ ਜਿਹੜਾ ਸਿਲੈਕਟ ਹੋਇਆ ਆ ਕਿਹੜੀ ਸੈਸ਼ਨ 'ਚ ਸਿਲੈਕਟ ਹੋਇਆ, ਕਿਹੜੀ ਜਗ੍ਹਾ ਸਿਲੈਕਟ ਹੋਇਆ, ਕੀ ਕਹਿਣਾ ਚਾਹੁੰਦੇ ਹੋ ਕਿੱਦਾਂ? ਬੇਟਾ ਆਦੇਸ਼ ਪ੍ਰਕਾਸ਼ ਸਿੰਘ ਨਿਸ਼ਾਨੇ ਸਿੱਖੀ ਇੰਸਟੀਚਿਊਟ ਖਡੂਰ ਸਾਹਿਬ ਪੜ੍ਹਦਾ ਸੀ। ਉੱਥੋਂ 2017 ਦੇ ਵਿੱਚ ਉਹਦਾ ਰਿਜ਼ਲਟ ਆਇਆ ਜੀ, NDA ਦਾ SSB ਕਲੀਅਰ ਹੋ ਗਈ। ਉਸ ਤੋਂ ਬਾਅਦ ਮਈ 2017 ਦੇ ਵਿੱਚ ਉਹਨੇ ਪੁਣੇ ਫਰਦਰ ਟ੍ਰੇਨਿੰਗ ਲਈ ਜੁਆਇਨ ਕੀਤਾ। ਅਤੇ ਹੁਣ ਕਿਹੜੀ ਇਸ ਵੇਲੇ ਕਿੱਥੇ ਪੋਸਟਿੰਗ 'ਤੇ? ਇਸ ਵੇਲੇ ਉਹ ਉਹਨਾਂ ਦੀ ਪੋਸਟਿੰਗ ਹੈਗੀ ਬਿਦਰ ਕਰਨਾਟਕਾ ਦੇ ਵਿੱਚ ਐਜ ਏ ਫਲਾਇੰਗ ਅਫਸਰ ਉੱਥੇ ਕੰਮ ਕਰ ਰਿਹਾ ਜੀ। ਅਤੇ ਫੈਮਿਲੀ 'ਚ ਕਿੱਦਾਂ ਦਾ ਫੀਲ ਮਹਿਸੂਸ ਹੋ ਰਿਹਾ ਕਿ ਬੇਟੇ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ? ਫੈਮਿਲੀ ਦੇ ਵਿੱਚ ਉਹਦਾ ਕੋਈ ਸ਼ਬਦ ਨਹੀਂ ਹੈਗੇ ਸਾਡੇ ਕੋਲ ਵੀ ਅਸੀਂ ਉਹਨੂੰ ਸਮਰਪਿਤ ਕਰ ਸਕੀਏ। ਉਹਨੇ ਪਿੰਡ ਦਾ ਵੀ ਜ਼ਿਲ੍ਹੇ ਦਾ ਅਤੇ ਪੰਜਾਬ ਦਾ ਅਤੇ ਭਾਰਤ ਦਾ ਨਾਂ ਜਿਹੜਾ ਵਾ ਰੋਸ਼ਨ ਕੀਤਾ। ਉਹਨੇ ਇਸ ਮੁਕਾਮ 'ਤੇ ਪਹੁੰਚਣ ਲਈ ਸਖਤ ਮਿਹਨਤ ਕੀਤੀ ਅਤੇ ਸਖਤ ਟ੍ਰੇਨਿੰਗ ਦੇ ਸ਼ਡਿਊਲ ਨੂੰ ਮੰਨਿਆ। ਅਤੇ ਬਚਪਨ ਤੋਂ ਲੈ ਕੇ ਹੁਣ ਤੱਕ ਸੁਪਨਾ ਕਿਸ ਤਰ੍ਹਾਂ ਦਾ ਸੀ ਉਹਦਾ? ਉਹਦਾ ਸੁਪਨਾ ਇਹ ਹੈ ਕਿ ਉਹ ਹਮੇਸ਼ਾ ਇੱਕ ਮਿਹਨਤ ਨੂੰ ਕਰਨ ਨੂੰ ਮੁੱਖ ਰੱਖਦਾ ਹੈ ਅਤੇ ਮਿਹਨਤ ਦੇ ਨਾਲ ਉਹ ਅੱਗੇ ਕਿਸੇ ਵੀ ਫੀਲਡ 'ਚ ਅੱਗੇ ਜਾ ਸਕਦਾ ਹੈ। ਲੇਕਿਨ ਇਸ ਚੀਜ਼ ਨੂੰ ਉਹਨੇ ਚੂਜ਼ ਕੀਤਾ ਕਿਉਂਕਿ ਇਹਦੇ ਵਿੱਚ ਉਹਦਾ ਇੰਟਰਸਟ ਸੀ ਕਿ ਮੈਂ ਐਜ ਏ ਪਾਇਲਟ ਬਣਾ। ਅਤੇ ਕਿੰਨੀ ਪੜ੍ਹਾਈ ਤੁਹਾਡੇ ਬੇਟੇ ਨੇ ਕੀਤੀ? ਕੰਮ ਕਰਾਂ ਅੱਜ ਦੇਸ਼ ਲਈ ਸੇਵਾ ਲਈ ਕੰਮ ਕਰਾਂ ਮੈਂ। ਅਤੇ ਕਿੰਨੀ ਪੜ੍ਹਾਈ ਕੀਤੀ ਸਰ ਬੇਟੇ ਨੇ? ਉਹਨੇ +2 ਕੀਤੀ ਹੈ। +2 ਤੋਂ ਬਾਅਦ ਉਹਨੇ ਟ੍ਰੇਨਿੰਗ ਦੌਰਾਨ BTECH ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਨਾਲ ਕੀਤੀ। ਉੱਥੇ ਹੀ ਉਹਨਾਂ ਨੇ ਮਤਲਬ ਇੰਸਟੀਚਿਊਟ ਵੱਲੋਂ ਹੀ ਕਰਾਈ ਜਾਂਦੀ ਹੈ। ਅਤੇ ਪੰਜਾਬ ਅਤੇ ਭਾਰਤ ਦੇ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਨਸ਼ਿਆਂ ਤੋਂ ਪ੍ਰੇਰਿਤ ਹੋ ਕੇ ਇਹ ਚੀਜ਼ਾਂ ਵੱਲ ਜ਼ਿਆਦਾ ਯੋਗ ਪਾਇਆ ਜਾਵੇ, ਕੀ ਕਹਿਣਾ ਚਾਹੁੰਦੇ ਹੋ ਉੱਤੇ? ਮੈਂ ਪੰਜਾਬ ਅਤੇ ਇੰਡੀਆ ਦੇ ਪੂਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਇਸ ਬੱਚੇ ਨੇ ਮਿਹਨਤ ਕਰਕੇ ਅੱਗੇ ਆਇਆ, ਉਸੇ ਤਰ੍ਹਾਂ ਸਾਰਿਆਂ ਨੂੰ ਆਪਣੀ ਮਿਹਨਤ ਦੇ ਬਲਬੂਤੇ 'ਤੇ ਇਸੇ ਤਰ੍ਹਾਂ ਅੱਗੇ ਵਧਣਾ ਚਾਹੀਦਾ। ਇਹਦੇ 'ਚ ਕੋਈ ਸਾਨੂੰ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ, ਇੱਥੇ ਹੀ ਸਾਨੂੰ ਆਪਣੇ ਦੇਸ਼ ਦੇ ਪ੍ਰਤੀ ਦੇਸ਼ ਦੀ ਸੇਵਾ ਕਰਨੀ ਚਾਹੀਦੀ। ਕੈਪਟਨ ਸਾਹਿਬ ਨੇ ਵੀ ਇਸ 'ਤੇ ਟਵੀਟ ਕੀਤਾ, ਪੰਜਾਬ ਦੇ ਮੁੱਖ ਮੰਤਰੀ ਨੇ। ਹਾਂਜੀ, ਮੈਂ ਉਹਨਾਂ ਦਾ ਕੈਪਟਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਬੱਚੇ ਦੀ ਮਿਹਨਤ ਨੂੰ ਸਰਾਹਿਆ ਹੈ ਅਤੇ ਅੱਗੇ ਆਉਣ ਵਾਲੇ ਨਵੀਂ ਜਨਰੇਸ਼ਨ ਲਈ ਇੱਕ ਮੈਸੇਜ ਦਿੱਤਾ ਕਿ ਉਹ ਵੀ ਅੱਗੇ ਵਧਣ। ਠੀਕ, ਨਾਮ ਆ ਤੁਹਾਡਾ? ਮੇਰਾ ਨਾਮ ਜਸਤਿੰਦਰ ਕੌਰ, ਮੈਂ ਗੌਰਮੈਂਟ ਗਰਲਜ਼ ਹਾਈ ਸਕੂਲ ਨਸ਼ਹਿਰਾ ਪਨੂੰ ਵਿਖੇ ਟੀਚਰ ਦਾ ਜੋਬ ਕਰਦੀ ਹਾਂ। ਅਤੇ ਦੇਖ ਪਤਾ ਤੁਹਾਡਾ ਕੀ ਲੱਗਦਾ ਜੀ? ਮੇਰਾ ਬੇਟਾ ਹੈ। ਅਤੇ ਅੱਜ ਇੱਕ ਵੱਡੇ ਮੁਕਾਮ ਦੇ ਉੱਪਰ ਦੇਖ ਕੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਤੁਹਾਡੇ? ਬਹੁਤ ਮਾਣ ਵਾਲੀ ਗੱਲ ਆ, ਮਤਲਬ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਸਾਨੂੰ। ਅਤੇ ਜੇ ਗੱਲ ਕੀਤੀ ਜਾਵੇ ਤਾਂ ਹੋਰ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਘਰ ਦੇ ਵਿੱਚ ਕਿਸ ਤਰ੍ਹਾਂ ਦਾ ਰੂਟੀਨ ਸੀ ਨਾਲੇ ਦੇਸ਼ ਪ੍ਰਤਾਪ ਦੀ? ਰੂਟੀਨ ਉਹਦਾ ਇਹ ਸੀ ਵੀ ਉਹਦਾ ਇਰਾਦਾ ਦ੍ਰਿੜਿਆ, ਜਿਹੜੀ ਗੱਲ ਨੂੰ ਮਨ 'ਚ ਧਾਰ ਲਵੇ ਵੀ ਮੈਂ ਕਰਨੀ ਆ, ਫਿਰ ਉਹਨੇ ਉਹ ਕਰਕੇ ਹਟਣੀ। ਇਸ ਗੱਲੋਂ ਉਹਦਾ ਹੈਗਾ ਵੀ ਜਿਹੜੀ ਗੱਲ ਦੇ ਪਿੱਛੇ ਪੈ ਜਾਵੇ ਉਹ ਪੂਰੀ ਕਰਕੇ ਹਟਦਾ। ਅਤੇ ਬਾਕੀਆਂ ਨੂੰ ਸੁਨੇਹਾ ਮੇਰਾ ਇਹ ਹੀ ਹੈ ਕਿ ਜੇ ਦ੍ਰਿੜ ਇਰਾਦੇ ਦੇ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਸਫਲਤਾ ਮਿਲਦੀ ਰਹਿੰਦੀ।
ਜਿਹੜੀ ਪੜ੍ਹਾਈ ਹੈ ਕਿੱਥੋਂ ਕੀਤੀ ਸੀ ਅਦਿਤਿਆ ਸਾਹਿਬ ਨੇ? ਪੜ੍ਹਾਈ ਉਹਨੇ ਜਿਹੜੀ ਨਰਸਰੀ ਕਲਾਸ ਤੋਂ ਲੈ ਕੇ ਅਤੇ 10th ਤੱਕ ਉਹਨੇ ਸੇਂਟ ਫਰਾਂਸਿਸ ਸਕੂਲ ਤਰਨ ਤਾਰਨ ਤੋਂ ਕੀਤੀ ਹੈ। ਉਸ ਤੋਂ ਬਾਅਦ ਪਲੱਸ ਵਨ ਉਹਨੇ ਨਿਸ਼ਾਨੇ ਸਿੱਖੇ ਇੰਸਟੀਚਿਊਟ ਜਿਹੜਾ ਖਡੂਰ ਸਾਹਿਬ ਉੱਥੇ, ਪਲੱਸ ਵਨ ਪਲੱਸ ਟੂ ਉੱਥੋਂ ਕੀਤੀ ਆ। ਉੱਥੋਂ ਹੀ ਉਹਨਾਂ ਨੇ ਤਿਆਰੀ ਕਰਵਾਈ ਆ NDA ਟੈਸਟ ਦੀ, ਅਤੇ ਉਹ ਫਸਟ ਟਰਮ ਦੇ ਵਿੱਚ ਹੀ, ਫਸਟ ਅਟੈਂਪਟ ਦੇ ਵਿੱਚ ਹੀ ਉਹ ਕਲੀਅਰ ਕਰ ਗਿਆ ਟੈਸਟ। ਅਤੇ ਮਾਣ ਵਾਲੀ ਗੱਲ ਆ, ਡਿਸਟ੍ਰਿਕਟ ਵਿੱਚ ਵੀ ਬਹੁਤ ਮਾਣ ਵਾਲੀ ਗੱਲ ਆ ਜੀ, ਪੂਰੇ ਪੰਜਾਬ ਲਈ, ਪੂਰੇ ਭਾਰਤ ਲਈ, ਪਰਿਵਾਰ ਲਈ ਤਾਂ ਹੈਗੀ ਆ, ਸਾਰੇ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ। ਇੱਕ ਸਰ ਮਤਲਬ ਸਰਦਾਰ ਹੋਣ ਦੇ ਨਾਤੇ ਹੋਰ ਵੀ ਮਾਣ ਵਾਲੀ ਗੱਲ। ਕਿੰਨੇ ਭੈਣ ਭਰਾ ਨੇ? ਇਹ ਦੋ ਭੈਣ ਭਰਾ ਨੇ, ਇੱਕ ਸਿਸਟਰ ਹੈ ਇਹਦੀ। ਅਤੇ ਸਿਸਟਰ ਕੀ ਕਰ ਰਹੇ? ਹਾਂ, ਸਿਸਟਰ ਇਸ ਵੇਲੇ ਜਲੰਧਰ ਹੈਗਾ ਪਿੰਜ ਇੰਸਟੀਚਿਊਟ, ਉੱਥੇ MBBS ਕਰ ਰਹੀ ਆ, ਉਹਦੀ ਇੰਟਰਨਸ਼ਿਪ ਚੱਲ ਰਹੀ ਆ। ਸਾਡੇ ਨਗਰ ਵਾਸਤੇ ਅਤੇ ਸਾਡੇ ਸਮੂਹ ਇਲਾਕਾ ਜ਼ਿਲ੍ਹਾ ਤਰਨ ਤਾਰਨ ਅਤੇ ਪੰਜਾਬ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਨਗਰ ਦਾ ਜੋ ਨੌਜਵਾਨ ਆਦੇਸ਼ ਪ੍ਰਕਾਸ਼ ਸਿੰਘ, ਜੋ ਕਿ ਹਵਾਈ ਫੌਜ ਦੇ ਵਿੱਚ ਜੋ ਸਿਲੈਕਸ਼ਨ ਹੁੰਦੀ ਹੋਈ ਆ, ਜਿਸ ਉੱਪਰ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਡੇ ਮਾਣਯੋਗ MLA ਸਾਹਿਬ ਸਰਦਾਰ ਹਰਮਿੰਦਰ ਸਿੰਘ ਗਿੱਲ ਹੋਣਾ ਵੀ ਆਪਣੇ ਸੋਸ਼ਲ ਅਕਾਊਂਟ ਤੋਂ ਉਹਨਾਂ ਉਸ ਦੀ ਹੌਸਲਾ ਅਫਜਾਈ ਕੀਤੀ ਆ। ਅਤੇ ਸਾਡੇ ਵਾਸਤੇ ਵੀ ਬੜੀ ਇਹ ਮਾਣ ਵਾਲੀ ਗੱਲ ਆ ਕਿ ਸਾਡੇ ਇਲਾਕੇ ਦਾ ਉਸ ਬੱਚੇ ਨੇ ਨਾਮ ਰੋਸ਼ਨ ਕੀਤਾ, ਉਸ ਬੱਚੇ ਦਾ ਨਾਂ, ਜਿਸ ਬੱਚੇ ਦਾ ਨਾਂ ਆਦੇਸ਼ ਪ੍ਰਕਾਸ਼ ਹੋਵੇ, ਆਦੇਸ਼ ਮਤਲਬ ਔਰਡਰ ਅਤੇ ਪ੍ਰਕਾਸ਼ ਦਾ ਮਤਲਬ ਚਾਨਣ ਮਨਾਰਾ, ਜਿਹੜੇ ਬੱਚੇ ਨੇ ਸਾਡੇ ਸਾਰੇ ਇਲਾਕੇ ਨੂੰ, ਸਾਡੇ ਪੰਜਾਬ ਨੂੰ ਰੁਸ਼ਨਾ ਦਿੱਤਾ, ਸਾਡਾ ਹੀ ਨਹੀਂ ਆਪਣੇ ਮਾਂ ਬਾਪ ਦਾ ਹੀ ਨਹੀਂ ਸਾਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ, ਸਾਨੂੰ ਬੜੀ ਅੱਜ ਖੁਸ਼ੀ ਹੋ ਰਹੀ ਆ। ਸਾਡਾ ਜਿਹੜਾ ਇਲਾਕਾ ਸੀ ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।